एक ओंकार सतनाम कर्ता पुरख निरभौ निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच चक्र चिहन अर बरन जात अर पातन हिन जेहे रूप रंग अर रेख पेख को कह न सकत के हे अचल मूरत अनभव परकास अम तोज किहिज कोट इंद्र इंद्रान सहे सहान गिनिज त्रै भवन महीप सुर नरियासुर नेत नेत बन त्रिन कहत त्वै सर्ब नाम कथै कवन कर्म नाम बरनत सुमत सतनाम श्री वाहि गुरु साहिब जी आषाढ़ तपंदा तिस लगे हर ना जिन्ना पास जग जीवन पुरख त्याग कै मानस संदियास दोया पाए वे गुच्चिया गाल पैसो जम की फास जेहा बीज सो लुणा मथा जो लिखिया सो रैन विहानी पुशतानी उठ चली गई निरास जिन कौ साधु भेटी है सो दरगह होए खलास कर कृपा प्रभ अपनी तेरे दर्शन होए प्यास प्रभ तुद बिन दूजा को नहीं नानक की अरदास आषाढ़ सुहंदा तिस लगे जिस मन हर चरण निवास वाहिगुरु जी का खालसा वाहिगुरु जी की फतेह। परम सत्कार योग सतगुरां दी साजी और सतगुरां दी नवाजी गुरु प्यारी गुरु सवारी साध संगत जी आप जी पावन पवित्र सब संगता धनता दे योग हन
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਸੱਜ ਕੇ ਇਕਾਗਰਤਾ ਦੇ ਸਹਿਤ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਆਂ ਦੇ ਪਾਸੋਂ ਰੱਬੀ ਬਾਣੀ ਦਾ ਗੁਰਮੁਖ ਕੀਰਤਨ ਸਰਵਣ ਕੀਤਾ ਹੈ। ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ। ਜੇਠ ਦੇ ਮਹੀਨੇ ਦੀ ਸੰਗਰਾਂਦ ਜਿੱਥੇ ਸੰਪੂਰਨਤਾ ਹੋ ਗਈ ਮਹੀਨੇ ਦੀ ਤੇ ਉੱਥੇ ਹਾੜ੍ਹ ਦੇ ਮਹੀਨੇ ਦੀ ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਆਰੰਭਤਾ ਹੋਈ ਹੈ। ਗੁਰਮੁਖੋ 12 ਰਾਸਾਂ ਮੰਨੀਆਂ ਜਾਂਦੀਆਂ ਨੇ। ਜਦੋਂ ਇੱਕ ਰਾਸ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਉਸ ਨੂੰ ਸੰਗਰਾਂਦ ਕਹਿੰਦੇ ਨੇ। ਵਿਦਵਾਨ ਸੰਗਰਾਂਦ ਦਾ ਅਰਥ ਸੰਸਕ੍ਰਿਤ ਤੋਂ ਵਿਗੜ ਕੇ ਬਣਿਆ, ਇਹਦਾ ਵਿਦਵਾਨ ਅਰਥ ਕਰਦੇ ਨੇ ਸੰਕ੍ਰਾਂਤ। ਤੇ ਜਦੋਂ ਇਹਦੇ ਅਰਥ ਕਰਦੇ ਨੇ ਸੰਕ੍ਰਾਂਤ ਦੇ, ਸਾਂ ਦਾ ਅਰਥ ਹੁੰਦਾ ਹੈ ਭਲੀ ਪ੍ਰਕਾਰ, ਕ੍ਰਾਂਤ ਦਾ ਅਰਥ ਹੁੰਦਾ ਹੈ ਤਬਦੀਲੀ, ਸੰਕ੍ਰਾਂਤ, ਕ੍ਰਾਂਤ ਨਾਮ ਕ੍ਰਾਂਤੀ ਦਾ, ਕ੍ਰਾਂਤ ਨਾਮ ਤਬਦੀਲੀ ਦਾ। ਕਹਿੰਦੇ ਜਦੋਂ ਕਿਸੇ ਦੇ ਵਿੱਚ ਚੰਗੀ ਤਰ੍ਹਾਂ ਤਬਦੀਲੀ ਆਉਂਦੀ ਹੈ, ਸੂਰਜ ਦੇ ਅੰਦਰ, ਸੂਰਜ ਆਪਣੀ ਇੱਕ ਰਾਸ ਤੋਂ ਦੂਸਰੀ ਰਾਸ ਦੇ ਵਿੱਚ ਪ੍ਰਵੇਸ਼ ਕਰਦਾ ਏ ਤੇ ਵਿਦਵਾਨ ਉਸ ਨੂੰ ਸੰਗਰਾਂਦ ਕਹਿੰਦੇ ਨੇ। ਸੰਗਰਾਂਦ ਸਾਡੇ ਸਿੱਖ ਇਤਿਹਾਸ ਦੇ ਅੰਦਰ ਜਿਹੜੇ ਤੁਸੀਂ ਗੁਰਬਾਣੀ ਸਰਵਣ ਕੀਤੀ 12 ਮਾਹ ਦੀ, ਜਿੱਥੇ ਰੋਜ਼ ਤੁਸੀਂ ਮੰਜੀ ਸਾਹਿਬ ਤੋਂ ਕਥਾ ਸੁਣਦੇ ਆ ਮੁੱਖ ਵਾਕ ਦੀ ਅੰਮ੍ਰਿਤ ਵੇਲੇ, ਉਸ ਜਗ੍ਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਗੁਰਮੁਖੋ ਇਹ 12 ਮਾਹ ਦੀ ਬਾਣੀ ਉਚਾਰਨ ਕੀਤੀ। ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਜਿਹੜੇ 12 ਮਾਹ ਸਨ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਖਾਰੀ ਰਾਗ ਦੇ ਅੰਦਰ ਉਚਾਰਨ ਕੀਤੇ ਤੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਜੀ ਸਾਨੂੰ ਕੋਈ 12 ਮਹੀਨਿਆਂ ਦਾ ਫਲਾ ਦੇਸ਼ ਦਿਓ। ਅੱਜ ਦੇ ਕੁਝ ਵਿਦਵਾਨ ਜਿਹੜੇ ਨੇ ਇਹ ਸੰਗਰਾਂਦ ਦਾ ਖੰਡਨ ਕਰਦੇ ਨੇ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸੰਗਰਾਂਦ ਦੇ ਪ੍ਰਥਾਏ ਸਾਨੂੰ ਮਹਾਰਾਜ ਪਾਤਸ਼ਾਹ ਜੀ ਨੇ ਹਰੇਕ ਮਹੀਨੇ ਦਾ ਉਪਦੇਸ਼ ਦਿੱਤਾ ਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਚੇਤ ਦੇ ਮਹੀਨੇ ਦੀ ਆਰੰਭਤਾ ਕਰਦੇ ਨੇ। ਚੇਤ ਸਾਡਾ ਸਿੱਖਾਂ ਦਾ ਪਹਿਲਾ ਮਹੀਨਾ ਏ। ਗੁਰਮੁਖੋ ਅਸਾਈ ਮਤ ਦੇ ਅੰਦਰ, ਬੁੱਧ ਮਤ ਦੇ ਅੰਦਰ, ਪਾਰਸੀ ਯਹੂਦੀ ਇਸਲਾਮ ਧਰਮ ਦੇ ਅੰਦਰ, ਕਿਸੇ ਧਾਰਮਿਕ ਗ੍ਰੰਥ ਦੇ ਅੰਦਰ ਕਿਸੇ ਰਹਿਬਰ ਨੇ 12 ਮਹੀਨਿਆਂ ਦਾ ਉਪਦੇਸ਼ ਨਹੀਂ ਦਿੱਤਾ ਤਾਂ ਸਾਨੂੰ ਇਹ ਗੱਲ ਤੇ ਫਖਰ ਹੋਣਾ ਚਾਹੀਦਾ ਏ ਕਿ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਵੀ ਤੁਖਾਰੀ ਰਾਗ ਦੇ ਅੰਦਰ 12 ਮਾਹ ਦਾ, 12 ਮਹੀਨਿਆਂ ਦਾ ਉਪਦੇਸ਼ ਦਿੱਤਾ ਸਿੱਖਾ, ਹਰੇਕ ਮਹੀਨੇ ਦੇ ਵਿੱਚ ਤੂੰ ਕੀ ਕਰਮ ਕਰਨਾ ਹੈ। ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ 12 ਮਾਹ ਬਾਣੀ ਇਹ ਸਿਰਲੇਖ ਲਿਖਿਆ। 12 ਮਾਹ, ਮਾਹ ਦਾ ਅਰਥ ਹੁੰਦਾ ਹੈ ਮਹੀਨਾ ਤੇ 12 ਦਾ ਅਰਥ ਹੁੰਦਾ ਹੈ 12। 12 ਮਹੀਨਿਆਂ ਦਾ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ। ਸਿੱਖਾਂ ਦਾ ਜਿਹੜਾ ਨਵਾਂ ਸਾਲ ਆ ਚੇਤ ਤੋਂ ਆਰੰਭ ਹੁੰਦਾ ਹੈ, ਜਿਹੜਾ ਕਈ ਵਾਰ ਅਸੀਂ ਕਹਿੰਦੇ ਜੀ 1 ਜਨਵਰੀ, ਮੈਂ ਕਹਿੰਦਾ ਨਾ, ਸਾਡੀ ਇਹ ਬਹੁਤ ਵੱਡੀ ਤਰਾਸਦੀ ਹੈ
ਕਿ ਅਸੀਂ ਸਾਡੇ ਗੁਰੂ ਸਾਹਿਬਾਨਾਂ ਦੇ ਜਿਹੜੇ ਉਚਾਰਨ ਕੀਤੇ ਹੋਏ 12 ਮਾਹ 12 ਮਹੀਨੇ ਉਹਨਾਂ ਨੂੰ ਭੁੱਲ ਗਏ ਤੇ ਸਾਨੂੰ ਆ ਜਨਵਰੀ ਫਰਵਰੀ ਮਾਰਚ ਚੇਤੇ ਰਹਿ ਗਿਆ। ਕਿਤੇ ਇਹ ਨਾ ਹੋਵੇ ਕਿ ਅਸੀਂ ਭੁੱਲਦੇ ਭੁੱਲਦੇ ਕਿਤੇ ਆਪਣੇ ਮੂਲ ਦੇ ਨਾਲੋਂ ਟੁੱਟ ਜਾਈਏ। ਤੇ ਚੇਤੇ ਰੱਖੋ ਗੁਰਮੁਖੋ, ਦਰਖਤ ਦਾ ਮੁੱਢ ਕੱਟਿਆ ਜਾਵੇ ਤੇ ਉੱਪਰੋਂ ਹਰਿਆ ਭਰਿਆ ਹੋਵੇ ਦਰਖਤ, ਹਰੀਆਂ ਟਹਿਣੀਆਂ ਹੋਣ। ਜੇਕਰ ਕੇ ਦਰਖਤ ਦਾ ਮੁੱਢ ਕੱਟਿਆ ਜਾਵੇ ਤਾਂ ਦਰਖਤ ਅੱਜ ਵੀ ਜਾਂ ਕੱਲ ਨੂੰ ਖਤਮ ਹੋ ਜਾਂਦਾ ਹੈ। ਜੇ ਦਰਖਤ ਦੀਆਂ ਟਹਿਣੀਆਂ ਕੱਟੀਆਂ ਜਾਣ ਤੇ ਮੁੱਢ ਜਿਉਂਦਾ ਹੋਵੇ ਤੇ ਉਦੋਂ ਆਸ ਹੁੰਦੀ ਹੈ ਵੀ ਇੱਕ ਦਿਨ ਇਹ ਟਹਿਣੀਆਂ ਹਰੀਆਂ ਭਰੀਆਂ ਹੋ ਜਾਣਗੀਆਂ। ਤੇ ਜਿਹੜੀ ਸਾਡੀ ਤਰਾਸਦੀ ਹੈ ਵੀ ਸਾਡੇ ਮੁੱਢ ਨੂੰ ਪਏ ਹੋਏ ਨੇ ਪੱਟਣ ਵਾਸਤੇ, ਜੇ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਉਚਾਰਨ ਕੀਤੇ ਹੋਏ 12 ਮਾਹ 12 ਮਹੀਨੇ ਭੁੱਲ ਗਏ ਤੇ ਸਮਝ ਲਓ ਜੇ ਸਾਡੇ ਮੁੱਢ ਨੂੰ ਸਿਉਂਕ ਪੈ ਗਈ। ਸਾਨੂੰ ਦੂਸਰੇ ਮਹੀਨੇ ਚੇਤੇ ਰਹਿ ਗਏ, ਮੈਂ ਬੋਲਿਆ ਸੀਗਾ ਪਿੱਛੇ ਸਾਨੂੰ ਨਵਾਂ ਸਾਲ ਚੇਤੇ ਰਹਿ ਗਿਆ ਵੀ 1 ਜਨਵਰੀ ਨੂੰ ਨਵਾਂ ਸਾਲ ਆ, ਪਰ ਸਾਨੂੰ ਚੇਤ ਦਾ ਮਹੀਨਾ ਚੇਤੇ ਨਹੀਂ ਰਿਹਾ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ। ਸਿੱਖਾ, ਤੇਰਾ ਨਵਾਂ ਸਾਲ ਚੇਤ ਤੋਂ ਆਰੰਭ ਹੁੰਦਾ ਏ, ਕਦੇ ਇਹ ਚੇਤੇ ਨਾ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਨਵਾਂ ਸਾਲ ਮਨਾਈ, ਚੇਤ ਦਾ ਮਹੀਨਾ ਮਨਾਈ। ਤੇ ਜਿਹੜਾ ਅੱਜ ਮਹੀਨਾ ਇਹ ਸਿੱਖਾਂ ਦਾ ਚੌਥਾ ਮਹੀਨਾ ਏ, ਸਿੱਖਾਂ ਦਾ ਇਹ ਮੁੱਢ ਹੈ। ਸਾੜ ਦਾ ਜਿਹੜਾ ਮਹੀਨਾ ਹੈ, ਮਹਾਰਾਜ ਪਾਤਸ਼ਾਹ ਜੀ ਨੇ ਲਫ਼ਜ਼ ਵਰਤੇ ਹਾੜ ਨੂੰ, ਅਸਾੜ ਸਾੜਾ ਪਾਉਂਦਾ ਹੈ ਨਾ, ਹਾੜ ਦੇ ਮਹੀਨੇ ਦੀ ਗ੍ਰੀਖ ਮਰੁੱਤ ਹੁੰਦੀ ਹੈ, 6 ਰੁੱਤਾਂ ਮੰਨੀਆਂ ਜਾਂਦੀਆਂ ਨੇ। ਗੁਰਮੁਖੋ, ਸਮਾਂ ਆਪਣੇ ਕੋਲੇ ਬੜਾ ਨਾਜੁਕ ਹੈ, ਥੋੜੇ ਸਮੇਂ ਦੇ ਵਿੱਚ ਆਪਾਂ ਬਹੁਤ ਕੁਛ ਕਹਿਣਾ ਹੈ। 6 ਰੁੱਤਾਂ ਮੰਨੀਆਂ ਜਾਂਦੀਆਂ ਨੇ, 6 ਰੁੱਤਾਂ ਦੇ ਵਿੱਚ 2 ਮੋਟੀਆਂ ਜੀਆਂ ਰੁੱਤਾਂ ਆਉਂਦੀਆਂ ਨੇ, ਇੱਕ ਸਰਦ ਰੁੱਤ ਤੇ ਇੱਕ ਗ੍ਰੀਖਮ ਰੁੱਤ। ਜਿਹੜਾ ਹਾੜ ਦਾ ਮਹੀਨਾ ਏ, ਇਹ 6 ਰੁੱਤਾਂ ਦੇ ਵਿੱਚੋਂ ਗ੍ਰੀਖਮ ਰੁੱਤ ਦਾ ਹੈ। ਤੇ ਗ੍ਰੀਖਮ ਜਿਹੜੀ ਰੁੱਤ ਹੈ, ਹਾੜ ਦੇ ਮਹੀਨੇ ਦੇ ਵਿੱਚ ਬੜੀ ਗਰਮ ਹੁੰਦੀ ਹੈ, ਤਪਸ਼ ਲੈ ਕੇ ਆਉਂਦੀ ਹੈ। ਬਾਹਰਲੀ ਤੌਰ ਤੇ ਧਰਤੀ ਦਾ ਟੈਂਪਰੇਚਰ ਵੱਧ ਜਾਂਦਾ ਏ। ਹੁਣ ਇੱਥੇ ਜਿਹੜੀ ਬਾਹਰਲੀ ਗਰਮੀ ਦੀ ਤੇ ਮਨੁੱਖ ਦੀ ਅੰਦਰਲੀ ਗਰਮੀ ਦੀ ਗੱਲ ਕੀਤੀ ਹੈ, ਜੀਵ ਰੂਪ ਇਸਤਰੀ ਨੂੰ ਉਪਦੇਸ਼ ਹੈ, ਅਸੀਂ ਸਾਰੀ ਇਸਤਰੀਆਂ ਤੇ ਪਤੀ ਪਰਮਾਤਮਾ ਹੈ। ਠਾਕਰ ਇੱਕ ਸਬਾਈ ਨਾਰ, ਰੱਬ ਇੱਕ ਹੈ ਤੇ ਬਾਕੀ ਸਾਰਾ ਸੰਸਾਰ ਇਸਤਰੀ ਹੈ। ਹੁਣ ਮਹਾਰਾਜ ਜੀ ਨੇ ਜੀਵ ਰੂਪ ਇਸਤਰੀ ਨੂੰ ਉਪਦੇਸ਼ ਦਿੱਤਾ, ਗੁਰਮੁਖੋ ਆਓ ਮਨ ਦੀ ਇਕਾਗਰਤਾ ਬਣਾਓ, ਹਾੜ ਦਾ ਮਹੀਨਾ ਕਿੰਨਾ ਨੂੰ ਦੁੱਖਦਾਈ ਹੈ ਤੇ ਕਿੰਨਾ ਨੂੰ ਸੁਖਦਾਈ ਹੈ। ਤੇ ਅੱਜ ਦੇ ਇਹ ਪਾਵਨ ਸ਼ਬਦ ਜਿੱਥੇ ਸੰਗਤਾਂ, ਮੈਨੂੰ ਖੁਸ਼ੀ ਇਸ ਗੱਲ ਦੀ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਰਹਿ ਕੇ ਆਪਣੇ ਗੁਰੂ ਸਾਹਿਬਾਨਾਂ ਦੇ 12 ਮਹੀਨਿਆਂ ਨੂੰ ਉਚਾਰਨ ਕੀਤੇ ਹੋਏ ਤੇ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਗੁਰੂ ਦੇ ਉਪਦੇਸ਼ ਨੂੰ ਸੁਣ ਰਹੀਆਂ ਨੇ। ਸਾਡਾ ਜਿਹੜਾ ਮੂਲ ਹੈ ਬਚਿਆ ਹੋਇਆ ਏ, ਇੱਥੋਂ ਪਤਾ ਲੱਗਦਾ ਸਾਡੇ ਬਜ਼ੁਰਗ ਬੈਠੇ ਨੇ, ਸਾਡੇ ਨੌਜਵਾਨ ਬੈਠੇ ਨੇ, ਜਿਨ੍ਹਾਂ ਦੇ ਅੰਦਰ ਤਾਂਘ ਹੈ ਕਿ ਸਾਨੂੰ ਅੱਜ ਹਾੜ ਦੇ ਮਹੀਨੇ ਦੀ ਵਿਚਾਰ ਸੁਣਾਈ ਜਾਵੇ ਵੀ ਅੱਜ ਦੇ ਹਾੜ ਮਹੀਨੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਆਓ ਮਨ ਦੀ ਇਕਾਗਰਤਾ ਬਣਾਓ ਤੇ ਰਸਨਾ ਨੂੰ ਕਰੋ, ਸਭ ਸੰਗਤਾਂ ਪਵਿੱਤਰ ਜੀ ਆਖੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾੜਤ 15 ਤਿਸ ਲੱਗੈ, ਹਰ ਨਾ ਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਮੇਰੇ ਸਾਹਿਬ ਗੁਰੂ ਅਰਜਨ ਦੇਵ ਜੀ
ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਭਾਈ ਹਾੜ ਦਾ ਜਿਹੜਾ ਮਹੀਨਾ ਹੈ, ਮਹਾਰਾਜ ਜੀ ਨੇ ਸ਼ਬਦ ਵਰਤੇ ਆਸਾੜ, ਆਸਾੜ ਤੋਂ ਭਾਵ ਹਾੜ ਦਾ ਮਹੀਨਾ। ਜਿਹੜਾ ਹਾੜ ਦਾ ਮਹੀਨਾ ਤਪੰਦਾ ਤਿਸ ਲੱਗਾ ਹੈ, ਉਹਨਾਂ ਨੂੰ ਤਪਸ਼ ਦੇ ਰਿਹਾ ਏ। ਕਿਹਨਾਂ ਨੂੰ ਭਾਈ? ਜਿਹੜਾ ਤਪਦਾ ਲੱਗ ਰਿਹਾ ਹੈ ਹਾੜ ਦਾ ਮਹੀਨਾ, ਹਰ ਨਾਹੋ ਨਾ ਜਿਨ੍ਹਾਂ ਪਾਸ। ਨਾਹੋ ਦਾ ਅਰਥ ਹੁੰਦਾ ਹੈ ਪ੍ਰੇਮ, ਨਾਹੋ ਨਾਮ ਪ੍ਰੀਤੀ ਦਾ। ਜਿਨ੍ਹਾਂ ਕੋਲੇ ਕਹਿੰਦੇ ਹਰੀ ਦੀ ਪ੍ਰੀਤੀ ਨਹੀਂ ਗੀ ਹਿਰਦੇ ਵਿੱਚ, ਜਿਨ੍ਹਾਂ ਦੇ ਪਾਸ ਹਰੀ ਦਾ ਪ੍ਰੇਮ ਨਹੀਂ, ਉਹਨਾਂ ਨੂੰ ਗੁਰਮੁਖੋ ਹਾੜ ਦਾ ਮਹੀਨਾ ਤਪਸ਼ ਦੇ ਰਿਹਾ ਏ, ਤਪਦਾ ਲੱਗ ਰਿਹਾ ਏ। ਹੁਣ ਇੱਥੇ ਤਪਸ਼ ਕਿਹੜੀ ਹੈ? ਮੈਂ ਪਿੱਛੇ ਭਾਈ ਵਿਧੀ ਚੰਦ ਜੀ ਦੀ ਤੁਹਾਨੂੰ ਇੱਕ ਘਟਨਾ ਸੁਣਾਈ ਸੀਗੀ। ਭਾਈ ਸਾਹਿਬ ਦੀ ਮੱਚਦੇ ਹੋਏ ਭੱਠ ਦੇ ਵਿੱਚ ਬਹਿ ਗਏ, ਪਰ ਉਹਨਾਂ ਨੂੰ ਤਪਸ਼ ਨਾ ਲੱਗੀ। ਸਾਡੇ ਇਤਿਹਾਸਕ ਸਰੋਤ ਬੋਲਦੇ ਨੇ ਕਾਰਨ ਕੀ? ਗੁਰਮੁਖੋ ਮੱਚਦੇ ਹੋਏ ਸਿੱਖ ਭੱਠ ਦੇ ਵਿੱਚ ਪੈ ਗਏ। ਭਾਈ ਦਿਆਲੇ ਜੀ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ, ਪਰ ਉਹ ਬਾਹਰਲੀ ਤਪਸ਼ ਨੇ ਕੁਝ ਕਰ ਨਾ ਸਕੇ, ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨੇਹ ਸੀ, ਪਰਮੇਸ਼ਰ ਦਾ ਪ੍ਰੇਮ ਸੀ। ਮਹਾਰਾਜ ਜੀ ਹੁਣ ਇੱਥੇ ਵਿਕਾਰਾਂ ਦੀ ਅੱਗ ਦੀ ਗੱਲ ਕਰ ਰਹੇ ਹੈ, ਵਿਕਾਰਾਂ ਦੀ ਅੱਗ, ਤ੍ਰਿਸ਼ਨਾ ਦੀ ਅੱਗ। ਬਾਹਰਲੀ ਅੱਗ ਮਨੁੱਖ ਨੂੰ ਕੇਵਲ ਚਮੜੀ ਨੂੰ ਗਰਮੈਸ਼ ਕਰੇਗੀ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿਹੜੀ ਹੇ ਜੀਵ ਰੂਪ ਇਸਤਰੀ, ਜਿਹੜੇ ਤੇਰੇ ਅੰਦਰ ਵਿਕਾਰਾਂ ਦੀ ਅੱਗ ਹੈ, ਵਿਗਾਰਾਂ ਦੀ ਤਪਸ਼ ਹੈ, ਕਹਿੰਦੇ ਉਹਨਾਂ ਨੂੰ ਲੱਗਦੀ ਹੈ ਭਾਈ ਹਰ ਨਾਹੋ ਨਾ ਜਿਨ੍ਹਾਂ ਪਾਸ। ਜਿਨ੍ਹਾਂ ਦੇ ਪਾਸ ਪਰਮਾਤਮਾ ਦਾ ਪ੍ਰੇਮ ਨਹੀਂ ਹੁੰਦਾ, ਜਿਨ੍ਹਾਂ ਦੇ ਪਾਸ ਵਾਹਿਗੁਰੂ ਪਰਮੇਸ਼ਰ ਦਾ ਨੇਹ ਨਹੀਂ ਹੁੰਦਾ, ਨੇਹੋ ਨਹੀਂ ਹੁੰਦਾ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ, ਜਗ ਜੀਵਨ ਪਰਮੇਸ਼ਰ ਦਾ ਵਾਚਕ ਹੈ। ਇਸ ਜਗ ਨੂੰ, ਇਸ ਸੰਸਾਰ ਨੂੰ ਜ਼ਿੰਦਗੀ ਦੇਣ ਵਾਲਾ ਪ੍ਰਭੂ ਉਹਨੂੰ ਕਹਿੰਦੇ ਜਗ ਜੀਵਨ। ਇਸ ਸੰਸਾਰ ਨੂੰ ਜ਼ਿੰਦਗੀ ਦੇਣ ਵਾਲਾ ਪਰਮੇਸ਼ਰ ਪੁਰਖ, ਪੁਰਖ ਅਰਥ ਕਿਸੇ ਆਦਮੀ ਦਾ ਨਹੀਂ ਗਾ ਇੱਥੇ, ਪੁਰਖ ਦੇ ਜਿਹੜੇ ਵਿਦਵਾਨ ਅਰਥ ਕਰਦੇ ਨੇ, ਪੱਪੇ ਦੇ ਔਂਕੜ ਹੈ ਤੇ ਰਾਰਾ ਤੇ ਖੱਖਾ। ਮੈਂ ਅੱਖਰੀ ਅਰਥ ਕਰਦਾ ਜਾਵਾਂ, ਪੋ ਦਾ ਅਰਥ ਹੁੰਦਾ ਹੈ ਨਰਕ, ਤੇ ਰੱਖ ਦਾ ਅਰਥ ਹੁੰਦਾ ਹੈ ਰੱਖਿਆ ਕਰਨ ਵਾਲਾ। ਪੂ ਨਾਮ ਨਰਕਾਂ ਦਾ, ਰੱਖ ਨਾਮ ਰੱਖਿਆ ਕਰਨ ਵਾਲਾ, ਜਿਹੜਾ ਨਰਕਾਂ ਤੋਂ ਰੱਖਿਆ ਕਰੇ ਉਸ ਨੂੰ ਪੁਰਖ ਕਹਿੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਪੁਰਖਾ ਸ਼ਬਦ ਵਰਤਿਆ, ਪੁਰਖਾ, ਵੱਡੇ ਨੂੰ ਆਖਿਆ ਜਾਂਦਾ ਪੁਰਖ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਿਹੜਾ ਉਹ ਸ੍ਰਿਸ਼ਟੀ ਨੂੰ ਜ਼ਿੰਦਗੀ ਦੇਣ ਵਾਲਾ, ਉਹ ਨਰਕਾਂ ਤੋਂ ਰੱਖਿਆ ਕਰਨ ਵਾਲਾ ਜੀਵ ਰੂਪ ਇਸਤਰੀ, ਤੂੰ ਉਹਨੂੰ ਛੱਡ ਦਿੱਤਾ, ਤਿਆਗ ਕੈ, ਤੂੰ ਉਹਨੂੰ ਤਿਆਗ ਦਿੱਤਾ ਏ ਪਰਮੇਸ਼ਰ ਨੂੰ। ਤੇ ਮਾਨਸ ਸੰਧੀ ਆਸ, ਸੰਧੀ ਦਾ ਅਰਥ ਹੁੰਦਾ ਦੀ, ਡਾਕਟਰ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਲਿਖਿਆ, ਕਹਿੰਦੇ ਮਨੁੱਖਾਂ ਦੀ ਤੂੰ ਆਸਾ ਰੱਖੀ ਹੈ, ਬੰਦਿਆਂ ਦੀ ਤੂੰ ਆਸਾ ਰੱਖਦਾ ਤੇ ਰੱਬ ਨੂੰ ਤਿਆਗ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਅਸੀਂ ਸੁਖਮਨੀ ਸਾਹਿਬ ਪੜਾਂਗੇ ਨਾ ਇਹਦੋਂ ਬਾਅਦ, ਮੇਰੇ ਸਾਹਿਬ ਸਤਿਗੁਰੂ ਜੀ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਣ ਕੋ ਇੱਕ ਹੈ ਭਗਵਾਨ। ਬੰਦਿਆ ਚੇਤੇ ਰੱਖੀ, ਜਿਹੜਾ ਇਨਸਾਨ ਮਨੁੱਖ ਦੀ ਟੇਕ ਰੱਖਦਾ ਏ, ਮਨੁੱਖ ਦਾ ਆਸ ਰੱਖਦਾ, ਉਹ ਬਿਰਥੀ ਹੈ, ਨਿਫਲ ਹੈ। ਬੰਦੇ ਦੀ ਟੇਕ ਨਹੀਂ ਰੱਖਣੀ ਚਾਹੀਦੀ, ਬੰਦੇ ਦਾ ਆਸਰਾ ਨਹੀਂ ਰੱਖਣਾ ਚਾਹੀਦਾ। ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਣ ਕੋ ਇੱਕ ਹੈ ਭਗਵਾਨ। ਜਿਸ ਕੇ ਦੀਏ ਰਾਹੇ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੇ ਆਏ। ਕਹਿੰਦੇ ਬੰਦਿਆ ਮੰਗਣਾ ਤੇ ਰੱਬ ਕੋਲੋਂ ਮੰਗ, ਕਹਿੰਦੇ ਪਰਮਾਤਮਾ ਨੇ ਦੇ ਕੇ ਤੈਨੂੰ ਇੱਕ ਵਾਰੀ ਰਜਾ ਦਿੱਤਾ ਤੇ ਬਾਅਦ ਵਿੱਚ ਤੇਰੇ ਕੋਲੇ ਤ੍ਰਿਸ਼ਨਾ ਨਹੀਂ ਆਵੇਗੀ। ਕਹਿੰਦੇ ਬੰਦਿਆਂ ਦੇ ਕੋਲੋਂ ਮੰਗੇਗਾ ਨਾ
ਹਾੜ ਦੇ ਮਹੀਨੇ ਦੁਆਰਾ ਮਹਾਰਾਜ ਜੀ ਸਾਨੂੰ ਦੱਸ ਰਹੇ ਨੇ, ਕਹਿੰਦੇ ਬੰਦਿਆਂ ਦੇ ਕੋਲੋਂ ਮੰਗੇਗਾ ਤੇ ਵਾਰ ਵਾਰ ਮੰਗਦਾ ਹੀ ਰਹੇਗਾ, ਬੰਦੇ ਦਾ ਟੇਕ ਰੱਖੇਗਾ, ਮਨੁੱਖ ਦਾ ਆਸਰਾ ਰੱਖੇਗਾ ਤੇ ਵਾਰ ਵਾਰ ਮੰਗਦਾ ਰਹੇਗਾ। ਪਰ ਕਹਿੰਦੇ ਰੱਬ ਦੇ ਕੋਲੋਂ ਮੰਗੀ, ਜਿਸਕੇ ਦੀਏ ਰਹੇ ਅਗਾਏ, ਜਿਸਦਾ ਦਿੱਤਾ ਹੋਇਆ, ਅਗਾਏ ਦਾ ਅਰਥ ਹੁੰਦਾ ਰੱਜ ਜਾਣਾ, ਜਿਸਦਾ ਦਿੱਤਾ ਹੋਇਆ ਕਹਿੰਦੇ ਇਹੋ ਜਿਹਾ ਰੱਜੀ ਦਾ ਹੈ, ਬੌੜ ਨਾ ਤ੍ਰਿਸ਼ਨਾ ਲਾਗੇ ਆਏ, ਕਹਿੰਦੇ ਬਾਅਦ ਵਿੱਚ ਤ੍ਰਿਸ਼ਨਾ ਦੀ ਅੱਗ ਹੀ ਨਹੀਂ ਨੇੜੇ ਆਉਂਦੀ। ਮਾਨਸ ਸੰਧੀ ਆਸ, ਮਹਾਰਾਜ ਜੀ ਕਹਿੰਦੇ ਪਰਮਾਤਮਾ ਦੀ ਇੰਨ ਇਸ ਜੀਵ ਨੇ ਸਭ ਕੁਝ ਤਿਆਗ ਕੇ ਤੇ ਕਹਿੰਦੇ ਮਨੁੱਖਾਂ ਦੀਆਂ ਆਸਾਂ ਰੱਖਦਾ ਏ, ਮਨੁੱਖ ਦੇ ਉੱਪਰ ਟੇਕ ਰੱਖਦਾ ਏ, ਤੇ ਫਿਰ ਇਹਦੀ ਹਾਲਤ ਕਿਹੋ ਜਿਹੀ ਹੁੰਦੀ ਹੈ? ਮੇਰੇ ਸਾਹਿਬ ਜੀ ਅੱਗੇ ਸਾਨੂੰ ਉਪਦੇਸ਼ ਦਿੰਦੇ ਨੇ, ਸਰਵਣ ਕਰੋ। ਦੋਏ ਭਾਏ ਵੈ ਗੁੱਚੀਐ, ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਦੋਇਐ ਇਹਦਾ ਉਚਾਰਨ ਜਿਹੜੇ ਗੁਰਬਾਣੀ ਪੜ੍ਹਦੇ ਨੇ ਨਾ ਉਹ ਸੁਣੋ, ਦੱਦੇ ਔਂਕੜ ਜਈਏ ਨੂੰ ਦੋ ਦਲਾਵਾਂ ਨੇ। ਪਰ ਮਹਾਂਪੁਰਖ ਸਾਨੂੰ ਸਿਖਾਉਂਦੇ ਸਨ ਵੀ ਭਾਈ ਇਸ ਨੂੰ ਉਚਾਰਨ ਕਿਵੇਂ ਕਰਨਾ ਟਕਸਾਲ ਦੇ ਵਿੱਚ। ਦੱਦੇ ਨੂੰ ਔਂਕੜ, ਈੜੀ ਨੂੰ ਸਿਹਾਰੀ ਤੇ ਐੜੇ ਨੂੰ ਦੋ ਦਲਾਵਾਂ, ਦੋਇਐ। ਇਹ ਦੋਇਐ ਦਾ ਪਾਠ ਜਦੋਂ ਅਸੀਂ ਉਚਾਰਨ ਕਰਦੇ ਨੇ ਇਹਦੇ ਅਰਥ ਹੁੰਦੇ ਨੇ ਪ੍ਰੇਰਕ, ਦਿਆਲੂ। ਕਹਿੰਦੇ ਗੁਰਮੁਖਾ ਉਹ ਪਰਮਾਤਮਾ ਦੇ ਨਾਲ ਤੋਂ ਪ੍ਰੇਮ ਲਾਉਣਾ ਸੀ ਤੇ ਲਾਇਆ ਨਹੀਂ, ਤੇ ਫਿਰ ਕਹਿੰਦੇ ਤੇਰੀ ਹਾਲਤ ਕਿਹੋ ਜਿਹੀ ਹੁੰਦੀ? ਵਗੁੱਚੀਏ, ਵਗੁੱਚੀਏ ਦਾ ਅਰਥ ਹੁੰਦਾ ਖਰਾਬ ਹੋ ਜਾਣਾ। ਕਹਿੰਦੇ ਤੇਰਾ ਜੀਵਨ ਕਹਿੰਦੇ ਖਰਾਬ ਹੋ ਗਿਆ, ਫਿਰ ਗੱਲ ਪਈ ਸੋ ਜੰਮ ਕੀ ਫਾਸ, ਤੇਰੇ ਗੱਲ ਦੇ ਵਿੱਚ ਕਹਿੰਦੇ ਜਮਾਂ ਦੀ ਫਾਹੀ ਪੈ ਗਈ। ਪਰਮਾਤਮਾ ਦੇ ਨੇਹ ਨੂੰ ਛੱਡ ਦਿੱਤਾ ਤੂੰ, ਖਰਾਬ ਹੋ ਗਿਆ ਤੇ ਤੇਰੇ ਗੱਲ ਵਿੱਚ ਕਹਿੰਦੇ ਜਮਾਂ ਦੀ ਫਾਹੀ ਪੈ ਗਈ। ਜਿਹਾ ਬੀਜਿਆ ਸੋ ਲੁਣਾ, ਕਹਿੰਦੇ ਜਿਹੋ ਜਿਹਾ ਤੂੰ ਬੀਜਿਆ ਸੀ ਨਾ, ਕਹਿੰਦੇ ਉਹੋ ਜਿਹਾ ਲੁਣਾ, ਲੁਣੇ ਦਾ ਅਰਥ ਹੁੰਦਾ ਵੱਢਣਾ, ਜਿਹੋ ਜਿਹਾ ਬੀਜਿਆ ਸੀਗਾ ਉਹੋ ਜਿਹਾ ਤੂੰ ਵੱਢ ਲਿਆ। ਕਹਿੰਦੇ ਮੱਥੇ ਜੋ ਲਿਖਿਆਸ, ਜਿਹੜਾ ਤੇਰੇ ਮੱਥੇ ਵਿੱਚ ਲਿਖਿਆ ਹੋਇਆ ਸੀ ਤੂੰ ਭੋਗ ਲਿਆ। ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਕਿਤੇ ਇਹ ਤਾਂ ਨੀ ਨਾ ਹੋਇਆ ਕਿ ਜੱਟ ਕਿੱਕਰ ਬੀਜ ਕੇ ਤੇ ਕਵੇ ਕਿ ਇਹਨੂੰ ਬਜੌਰ ਦੇਸ਼ ਦੀਆਂ ਦਾਖਾਂ ਲੱਗ ਜਾਣ? ਕਿੱਕਰ ਨੂੰ ਤਾਂ ਤੁੱਕੇ ਹੀ ਲੱਗਦੇ ਨੇ। ਜਿਹੋ ਜਿਹਾ ਮਨੁੱਖ ਬੀਜਦਾ ਉਹੋ ਜਿਹਾ ਫਲ ਉਹਨੂੰ ਪ੍ਰਾਪਤ ਹੋ ਜਾਂਦਾ। ਇਹ ਕਦੇ ਨੀ ਬਾਬਾ ਫਰੀਦ ਜੀ ਕਹਿੰਦੇ ਹੋਇਆ ਕਿ ਜੱਟ ਨੇ ਕਿੱਕਰ ਬੀਜ ਲਈ ਤੇ ਉਹਨੂੰ ਕਵੇ ਕਿ ਇਹਨੂੰ ਬਜੌਰ ਦੇਸ਼ ਦੀਆਂ ਦਾਖਾਂ ਲੱਗ ਜਾਣ। ਬੜੀਆਂ ਮਸ਼ਹੂਰ ਏ, ਖਾਣ ਵਿੱਚ ਮਿੱਠੀਆਂ ਹੁੰਦੀਆਂ ਨੇ। ਕਿੱਕਰ ਨੂੰ ਤਾਂ ਕਹਿੰਦੇ ਤੁੱਕੇ ਲੱਗਦੇ ਨੇ, ਭਾਵ ਕਿ ਮਨੁੱਖ ਜਿਹੋ ਜੇ ਕਰਮ ਕਰਦਾ ਉਹੋ ਜੇ ਉਹਨੂੰ ਭੁਗਤਣੇ ਪੈਂਦੇ ਨੇ। ਮਹਾਰਾਜ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ। ਰੈਣ ਵਿਹਾਣੀ ਪੁਛਤਾਨੀ, ਉੱਠ ਚੱਲੀ ਗਈ ਨਾਰਾਸ, ਜਿਨ ਕੋ ਸਾਧੂ ਭੇਟੀਐ, ਸੋ ਦਰ ਗਏ ਹੋਏ ਖਲਾਸ। ਮਹਾਰਾਜ ਜੀ ਕਹਿੰਦੇ ਹੇ ਜੀਵ ਰੂਪ ਇਸਤਰੀ, ਰਹਿਣ ਦਾ ਅਰਥ ਹੁੰਦਾ ਹੈ ਰਾਤ, ਵਿਹਾਣੀ ਦਾ ਅਰਥ ਵਿਅਰਥ ਹੋ ਗਈ। ਤੇਰੀ ਜ਼ਿੰਦਗੀ ਦੀ ਰਾਤ ਸੀਗੀ, ਜ਼ਿੰਦਗੀ ਦੀ ਰਾਤ ਕਹਿੰਦੇ ਵਿਅਰਥ ਹੋ ਗਈ। ਜ਼ਿੰਦਗੀ ਦੀ ਰਾਤ ਕਿਸੇ ਦੀ 50 ਸਾਲ, ਕਿਸੇ ਦੀ 60, ਕਿਸੇ ਦੀ 70, ਵੱਧ ਤੋਂ ਵੱਧ 100। ਤੇਰੀ ਇਹ ਜ਼ਿੰਦਗੀ ਦੀ ਰਾਤ ਜਿਹੜੀ ਸੀ ਬਤੀਤ ਹੋ ਗਈ, ਦੁਨੀਆਂ ਤੋਂ ਖਾਲੀ ਹੱਥ ਗਿਆ। ਪਛਤਾਣੀ ਕਹਿੰਦੇ ਪਛਤਾਵਾ ਹੋ ਗਿਆ, ਜ਼ਿੰਦਗੀ ਪੜਾ ਦਰ ਪੜਾ ਬਤੀਤ ਹੋ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੈ ਜਾਤ, ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ,
ਨਾਵੇਂ ਧੌਲੇ ਉੱਬੈ ਸਾਹ ਦਸਵੇਂ ਦੱਦਾ ਹੋਆ ਸਵਾ। ਵੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੜਾ ਦਰਾ ਪੜਾ ਕਿਸ ਤਰ੍ਹਾਂ ਇਸ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਛੋਟਾ ਜੀਵਨ ਸੀ, ਤੂੰ ਮਾਤਾ ਦੇ ਦੁੱਧ ਤੇ ਪਲਿਆ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਦੋਂ ਦਸਵੇਂ ਪੜਾਅ ਦੇ ਉੱਪਰ ਆਇਆ ਤੇ ਸੜ ਕੇ ਸਵਾਹ ਬਣ ਗਿਆ। ਇਹ ਜ਼ਿੰਦਗੀ ਦੀ ਰਾਤ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਵਿਹਾਣੀ ਵਿਅਰਥ ਚਲੇਗੀ ਤੇ ਪਛਤਾਣੀ ਪਛਤਾਉਂਦੀ ਰਹੀ, ਉੱਠ ਚੱਲੀ ਗਈ ਨਰਾਸ। ਕਹਿੰਦੇ ਆਖਰ ਜਿਹੜੀ ਇਹ ਜ਼ਿੰਦਗੀ ਸੀਗੀ, ਨੈਣੋ ਨੀਰ ਬਹੇ ਤਨ ਖੀਨਾ ਭਏ ਕੇਸ ਦੁੱਧ ਵਾਣੀ, ਰੂਦਾ ਕੰਠ ਸ਼ਬਦ ਨੀ ਉੱਚਰੇ ਅਬ ਕਿਆ ਕਰੇ ਪ੍ਰਾਣੀ। ਫਿਰ ਇਹੋ ਜਿਹੀ ਹਾਲਤ ਬਣ ਗਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਉੱਠ ਚੱਲੀ ਗਈ ਨਰਾਸ, ਅੰਤਲਾ ਸਮਾਂ ਆਇਆ। ਜ਼ਿੰਦਗੀ ਦੀ ਰਾਤ ਬਤੀਤ ਕਰਕੇ ਕਹਿੰਦੇ ਨਿਰਾਸ਼ ਹੋ ਕੇ ਜ਼ਿੰਦਗੀ ਦੀ ਰਾਤ ਬਤੀਤ ਕਰਕੇ ਜੀਵ ਰੂਪ ਇਸਤਰੀ ਉੱਠ ਕੇ ਚਲੇ ਗਈ। ਜਿਨਕੋ ਸਾਧੂ ਭੇਟੀਏ, ਜਿਨ੍ਹਾਂ ਨੂੰ ਕਹਿੰਦੇ ਸਾਧੂ ਸੰਤ, ਭੇਟੀਏ ਦਾ ਅਰਥ ਹੁੰਦਾ ਮਿਲ ਜਾਣਾ, ਮਿਲ ਗਏ। ਸੋ ਦਰ ਗਏ ਹੋਏ ਖਲਾਸ, ਕਹਿੰਦੇ ਉਹਨਾਂ ਦੀ ਦਰਗਾਹ ਦੇ ਵਿੱਚ ਖਲਾਸ ਮੁਕਤੀ ਹੋ ਗਈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨਨ ਵਾਸ। ਸਮਾਂ ਆਗਿਆ ਨਹੀਂ ਦੇ ਰਿਹਾ, ਆਖਰਲੀਆਂ ਪੰਗਤੀਆਂ ਤੇ ਆਪਾਂ ਪਹੁੰਚੇ ਹਾਂ। ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਜੀਵ ਰੂਪ ਇਸਤਰੀ ਨੂੰ ਉਪਦੇਸ਼ ਦਿੰਦੇ। ਮਹਾਰਾਜ ਜੀ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ, ਹੇ ਜੀਵ ਰੂਪ ਇਸਤਰੀ, ਜਿਨ੍ਹਾਂ ਉੱਤੇ ਪ੍ਰਭੂ ਆਪਣੀ ਕਿਰਪਾ ਕਰਦਾ ਹੈ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਫਿਰ ਉਹਨਾਂ ਦੇ ਅੰਦਰ ਤਾਂਘ ਬਣ ਜਾਂਦੀ ਗੁਰੂ ਦੇ ਦਰਸ਼ਨਾਂ ਦੀ ਇੱਛਾ, ਪਿਆਸ ਇੱਛਾ ਲੱਗ ਜਾਂਦੀ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆਂ, ਨਾਨਕ ਹਰ ਸੰਗਮੀਤ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਹੇ ਪ੍ਰਭੂ ਤੇਰੇ ਤੋਂ ਬਿਨਾ ਮੇਰਾ ਦੂਸਰਾ ਦੂਜਾ ਦੁਨੀਆਂ ਤੇ ਕੋ ਨਹੀਂ, ਨਾਨਕ ਕੀ ਅਰਦਾਸ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੇ ਪ੍ਰਭੂ, ਮੇਰੇ ਅਰਦਾਸ ਹੈ ਤੇਰੇ ਚਰਨਾਂ ਦੇ ਵਿੱਚ, ਮੇਰੀ ਅਰਜੋਈ ਹੈ ਤੇਰੇ ਚਰਨਾਂ ਦੇ ਵਿੱਚ। ਅਸਾੜ ਸੁਹੰਦਾ ਤਿਸ ਲੱਗੈ, ਹਾੜ ਦਾ ਮਹੀਨਾ ਉਹਨਾਂ ਨੂੰ ਸੋਭਨੀਕ ਲੱਗਦਾ ਹੈ, ਸੁਹੰਦਾ ਸੋਹਣਾ ਹੈ। ਸੋਭਨੀਕ ਹੁੰਦਾ ਹੈ ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਮਨ ਵਿੱਚ ਹਰੀ ਦੇ ਚਰਨ ਨਿਵਾਸ ਕਰ ਜਾਣ। ਦੋ ਪੰਗਤੀਆਂ ਨੇ, ਅਸਾੜ ਤਪੰਦਾ ਤਿਸ ਲੱਗੈ, ਹਰ ਨਾ ਹੋਣਾ ਜਿੰਨਾ ਪਾਸ। ਕਹਿੰਦੇ ਹਾੜ ਦਾ ਮਹੀਨਾ ਉਹਨਾਂ ਨੂੰ ਤਪਸ਼ ਦਿੰਦਾ ਏ, ਜਿਨ੍ਹਾਂ ਦੇ ਅੰਦਰ ਹਰੀ ਦੇ ਪਰਮਾਤਮਾ ਦਾ ਪ੍ਰੇਮ ਨਹੀਂ। ਤੇ ਆਖਰਲੀ ਪੰਗਤੀ ਵਿੱਚ ਮਹਾਰਾਜ ਜੀ ਕਹਿੰਦੇ ਨੇ ਅਸਾੜ ਸੁਹੰਦਾ ਤਿਸ ਲੱਗੈ, ਹਾੜ ਦਾ ਮਹੀਨਾ ਉਹਨਾਂ ਨੂੰ ਸੋਭਨੀਕ ਹੁੰਦਾ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦੇ ਚਰਨਾਂ ਦਾ ਵਸੇਬਾ ਹੋ ਜਾਂਦਾ, ਨਿਵਾਸ ਹੋ ਜਾਂਦਾ। ਗੁਰੂ ਕਿਰਪਾ ਕਰਨ, ਗੁਰੂ ਬਖਸ਼ਿਸ਼ ਕਰਨ। ਅਸੀਂ ਸਾਰਿਆਂ ਨੇ ਹਾੜ ਦੇ ਮਹੀਨੇ ਦੀ ਸ਼ਬਦ ਵਿਚਾਰ ਨੂੰ ਸਰਵਨ ਕੀਤਾ ਹੈ। ਹੋਈਆਂ ਸੁਖਮ ਭੁੱਲਾਂ ਦੀ ਖਿਮਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਸਰਾਮ। ਸਾਡੇ ਅਤੀ ਸਤਿਕਾਰਯੋਗ ਇੱਥੋਂ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ, ਹੋਰ ਗੁਰੂ ਦੀਆਂ ਸੰਗਤਾਂ ਰਲ ਮਿਲ ਕੇ ਆਪਣੀ ਮਿੱਠੀ ਆਵਾਜ਼ ਦੇ ਵਿੱਚ ਸੰਗਰਾਂਦ ਦਾ ਦਿਹਾੜਾ ਮਨਾ ਰਹੇ ਨੇ। ਤੇ ਗੁਰਮੁਖੋ ਆਓ, ਭਾਈ ਸਾਹਿਬ ਜੀ ਸਾਰਿਆਂ ਨੂੰ ਸੁਖਮਨੀ ਸਾਹਿਬ ਜੀ ਦਾ ਜਾਪ ਕਰਵਾ ਰਹੇ ਨੇ। ਮਨ ਦੀ ਇਕਾਗਰਤਾ ਬਣਾਓ, ਸਾਰੇ ਰਲ ਮਿਲ ਕੇ ਆਪਾਂ ਸੁਖਮਨੀ ਸਾਹਿਬ ਜੀ ਦੇ ਜਾਪਾਂ ਨੂੰ ਸਰਵਨ ਕਰੀਏ ਜੀ। ਗੱਜ ਕੇ ਬੁਲਾਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।